ਵਾਹਿਗੁਰੂ ਵਾਹਿਗੁਰੂ ਜੀ ਕਾ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਰਾਮ ਰਾਮ ਕਲੀ ਕਲੀ ਮਹੱਲਾ ਮਹੱਲਾ ਪੰਜਵਾਂ। ਪੰਜਵਾਂ। ਸਿੰਚਹਿ ਦਰਬ ਦੇਹ ਦੇਹ ਦੁਖ ਦੁਖ ਲੋਗ, ਲੋਗ ਤੇਰੇ ਕਾਜ ਨਾ ਅਵਰਾ ਜੋਗ। ਕਰ ਅਹੰਕਾਰ ਹੋਏ ਹੋਏ ਵਰਤ ਵਰਤਹਿ ਹੈ ਅੰਧ, ਜਮ ਕੀ ਜੇਵੜੀ ਤੋ ਆਗੈ ਬੰਧ। ਛਾੜ ਬਿਡਾਣੀ ਤਾਤ ਮੂੜੇ, ਇਹਾਂ ਬਸਨਾ ਰਾਤ ਮੂੜੇ। ਮਾਇਆ ਕੇ ਮਾਤੇ ਤੈ ਉਠ ਚੱਲਣਾ, ਰਾਜ ਰਹਿਓ ਤੂੰ ਸੰਗ ਸੁਪਨਾ ਰਹਾਓ। ਬਾਲ ਵਿਵਸਥਾ ਬਾਰਕ ਅੰਧ, ਪਰ ਜੋ ਬਨ ਲਾਗਾ ਦੁਰਗੰਧ। ਤ੍ਰਿਤੀਆ ਵਿਵਸਥਾ ਸਿੰਚੇ ਮਾਏ, ਬਿਰਧ ਪਿਆ ਛੋੜ ਚੱਲਿਓ ਪਛੋਤਾਏ। ਚਿਰੰਕਾਲ ਪਾਈ ਦੁਰਲਭ ਦੇਹ, ਨਾਮ ਵਿਹੋਣੀ ਹੋਈ ਖੇ। ਪਸ਼ੂ ਪ੍ਰੇਤ ਮੁਗਦ ਤੇ ਬੁਰੀ, ਪਸ਼ੂ ਪ੍ਰੇਤ ਮੁਗਦ ਤੇ ਬੁਰੀ, ਸਹਿਨ ਬੂਜੈ ਜਿਨ ਇਹ ਸ੍ਰੀ। ਸੁਣ ਕਰਤਾਰ ਗੋਬਿੰਦ ਗੋਪਾਲ, ਸੁਣ ਕਰਤਾਰ ਗੋਬਿੰਦ ਗੋਪਾਲ। ਦੀਨ ਦਿਆਲ ਸਦਾ ਕਿਰਪਾਲ, ਦੀਨ ਦਿਆਲ ਸਦਾ ਕਿਰਪਾਲ। ਤੁਮਹਿ ਛਡਾਵੋ ਛੁਟ ਕਹਿ ਬੰਦ, ਬਖਸ ਮਿਲਾਵ ਹੋ ਨਾਨਕ ਜਗ ਅੰਦ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਨਾਈ ਕਾਛ, ਤਿਸ ਸੰਗ ਰਹਿਓ ਇਆਨਾ ਰਾਜ। ਪ੍ਰਤ ਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰ ਉਠੈ ਸੇ ਧਾਰੈ। ਨਾਮ ਬਿਨਾ ਸਭ
झूठ परानी, नाम बिना सब झूठ परानी। गोविंद भजन बिन अवर संग रते, ते सब माया मूठ परानी। रहाओ तीर्थ नाए न उतर समैल, करम करम सब हमें फैल। लोक पचारे गत नहीं होए, नाम भी होने चल सह रोए। बिन हर नाम न टूटस पटल, सोते शास्त्र सिमृत सगल। सो नाम जपै जिस आप जपाए, सगल फला से सुख समाए। रखनहारे रखो आप, सगल सुखा प्रभ तुमरे हाथ। जित लाग है तित लाग है स्वामी, नानक साहिब अंतर जामी। राम कली महला पंजवा, जो किछ करे सोई सुख जाना। मन असमझ साध संग पतियाना, डोलन ते चुका ठहराया। सत महेले सत समाया, दुख गया सब रोग गया। प्रभु की आज्ञा मन मेहमानी, महापुरुष का संग पया। प्रभु की आज्ञा मन मेहमानी, महापुरुष का संग पया। रहाओ सगल पवित्र सर्व निर्मला, जो वरताए सोई भला। जह राखे सोई मुक्त थान, जो जपाए सोई नाम। अठ सठ तीर्थ जह साध पग तर है, तह वैकुंठ जह नाम उचरह। सर्व आनंद जब दर्शन पाइए, राम गुणा नित नित हर गाइए। राम गुणा नित नित हर गाइए।
आपे घट घट रहिया व्याप दयाल पुरख प्रगट परताप कपट खुलाने ब्रह्म नाठे दूरे नानक को गुर पेटे पूरे नानक को गुर पेटे पूरे राम कली महला पंजवा कोट जाप ताप विश्राम रेत बुद्ध सिद्ध सुर ज्ञान अनेक रूप रंग भोग रसै गुरमुख नाम निमुख हृदय वसै हर के नाम की वड्याई कीमत कहन न जाई रहाओ सूर वीर तीरज मत पूरा सहज संवाद तुन गहर गंभीरा सदा मुकुत ताके पूरे काम जाकर दे वसे हर नाम जाकर दे वसे हर नाम सगल सुख आनंद आरोग समदर्शी पूरन निर्जोग आए न जाए डोले कत नाही जाके नाम बसे मन माही दीन दयाल गोपाल गोविंद गुरमुख जपिए उतरे चिंद नानक को गुर दिया नाम नानक को गुर दिया नाम संतन की टहल संत का काम संतन की टहल संत का काम राम कली महला पंजवा बीज मंत्र हर कीर्तन गाओ बीज मंत्र हर कीर्तन गाओ हर कीर्तन गाओ बीज मंत्र हर कीर्तन गाओ आगे मिली निथावे थाओ गुरपुरे की चरणी लाग जन्म जन्म का सोया जाग हर हर जाप जपला गुर कृपा ते हृदय वसै पौजल पार परला रहो नाम निदान त्याए मन अटल ता छूट है माया के पटल गुर का शब्द अमृत रस पियो त
ਤਾਂ ਤੇਰਾ ਹੋਏ ਨਿਰਮਲ ਜੀਓ, ਤਾਂ ਤੇਰਾ ਹੋਏ ਨਿਰਮਲ ਜੀਓ। ਸੋਗਤ ਸੋਗਤ ਸੋਗ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰਾਪੈ ਹਰ ਕੈ ਰੰਗ। ਛੋਟ ਸਿਆਣਪ ਬਹੁ ਚਤੁਰਾਈ, ਛੋਟ ਸਿਆਣਪ ਬਹੁ ਚਤੁਰਾਈ। ਮਨ ਬਿਨ ਹਰ ਨਾਵੈ ਜਾਏ ਨਕਾਈ, ਦਇਆ ਧਾਰੀ ਗੋਬਿੰਦ ਗੋਸਾਈ, ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹਿਲਾ ਪੰਜਵਾਂ, ਸੰਤ ਕੈ ਸੰਗ ਰਾਮ ਰੰਗ ਕੇਲ, ਆਗੈ ਜਮ ਸਿਉ ਹੋਏ ਨਮੇਲ। ਅਹੰ ਬੁੱਧ ਕਾ ਪਿਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਤ, ਕਰਮ ਕਾਂਡ ਅਹੰਕਾਰ ਨ ਕਾਜੈ, ਕੁਸਲ ਸੇਤੀ ਕਰ ਜਾਏ ਪੰਡਤ ਰਹਾਉ। ਹਰ ਕਾ ਜਸ ਨਿਧ ਲੀਆ ਲਾਭ, ਪੂਰਨ ਭਏ ਮਨੋਰਥ ਸਾਭ। ਦੁੱਖ ਨਾਠਾ ਸੁਖ ਘਰ ਮਹਿ ਆਇਆ, ਦੁੱਖ ਨਾਠਾ ਸੁਖ ਘਰ ਮਹਿ ਆਇਆ। ਸੰਤ ਪ੍ਰਸਾਦ ਕਮਲ ਬਿਗਸਾਇਆ, ਸੰਤ ਪ੍ਰਸਾਦ ਕਮਲ ਬਿਗਸਾਇਆ। ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਨ ਕਾਹੇ ਜਾਏ। ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਭਗਤ ਪਾਈ ਗਤ ਮਤ। ਸੋ ਪਰਵਾਨ ਜਿਸ ਹਿਰਦੈ ਵਸਾਈ, ਨਾਨਕ ਤੇ ਜਨ ਉੱਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ, ਗਹੁ ਕਰ ਬੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਣੀ ਆਏ ਪਈ। ਸੁਣ ਸੰਤ ਹੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਭੇਟਤ ਉਧਾਰ। ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਭੇਟਤ ਉਧਾਰ ਰਹਾਉ। ਜਬ ਉਸ ਕੋ ਕੋਈ ਦੇਵੈ ਮਾਨ, ਤਬ ਆਪਸ ਉੱਪਰ ਰੱਖੈ ਗੁਮਾਨ। ਜਬ ਉਸ ਕੋ ਕੋਈ ਮਨ ਪਰਹਰੈ, ਤਬ ਉਹ ਸੇਵਕ ਸੇਵਾ ਕਰੇ। ਮੁਖ ਬੇਰਾਵੈ ਅੰਤ ਠਗਾਵੈ, ਇੱਕ ਠੌਰ ਉਹ ਕਹੀਂ ਨਾ ਸਮਾਵੈ। ਉਨ ਮੋਹੇ ਬਹੁਤੇ ਬ੍ਰਹਮੰਡ, ਰਾਮ ਜਨੀ ਕੀਨੀ ਖੰਡ ਖੰਡ। ਜੋ ਮੰਗੈ
ਇਸ ਸੰਗ ਰਾਜੈ ਸੋ ਕਛੂ ਨਾ ਲਹੈ। ਇਸਹਿ ਤਿਆਗ ਸਤ ਸੰਗਤ ਕਰੈ, ਇਸਹਿ ਤਿਆਗ ਸਤ ਸੰਗਤ ਕਰੈ, ਵਡ ਭਾਗੀ ਨਾਨਕ ਉਹ ਕਰੈ। ਵਡ ਭਾਗੀ ਨਾਨਕ ਉਹ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ 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 ਸਾਹਿਬ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਦਾ ਧਾਰ ਪਾਤਸ਼ਾਹ ਜੀ ਉਹ ਆਪ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਦਾਸ ਦਿਲਬਾਗ ਸਿੰਘ ਨੇ ਪਵਿੱਤਰ ਗੁਰਬਾਣੀ ਦਾ ਪਾਠ ਪੜ੍ਹਿਆ ਹੈ। ਪਾਠ ਪੜ੍ਹਦੇ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਧਾਰ ਪਾਤਸ਼ਾਹ ਜੀ ਉਹ ਤੁਕ ਲਾ ਕੰਨਾ ਅੱਖਰ ਅੱਗੇ ਪਿੱਛੇ ਪੜਿਆ ਜਾਂਦਾ ਹੈ। ਬੰਦਾ ਭੁੱਲਣ ਹਾਰ ਹੈ, ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲੇ। ਸਤਿਗੁਰ ਜੀ ਆਪ ਬਖਸ਼ਿੰਦ ਹੋ, ਬਖਸ਼ ਦੇਣਾ ਬਖਸ਼ ਦੇਣਾ ਬਖਸ਼ ਦੇਣਾ ਬਖਸ਼ ਦੇਣਾ। ਅੱਗੇ ਤੋਂ ਸੋਝੀ ਬਖਸ਼ਿਸ਼ ਕਰਨੀ, ਸੁੱਧ ਪਾਵਨ ਗੁਰਬਾਣੀ ਪੜ੍ਹਨ ਦਾ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨੀ ਜੀ। ਜਿਨ੍ਹਾਂ ਗੁਰੂ ਕੀਆਂ ਸੰਗਤਾਂ ਨੇ, ਜਿਨ੍ਹਾਂ ਨੇ ਪਵਿੱਤਰ ਪਾਵਨ ਗੁਰਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਸਰਵਣ ਕੀਤਾ ਹੈ, ਇਹਨਾਂ ਸਰਵਣਾਂ ਦੇ ਨਾਲ, ਇਹਨਾਂ ਕੰਨਾਂ ਦੇ ਨਾਲ, ਇਹ ਸਰਵਣੋ ਮੇਰੇ ਉਹ ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਆਪ ਸੰਗਤਾਂ ਵੀ ਦਾਸ ਨੂੰ ਖਿਮਾ ਕਰ ਦੇਣਾ, ਬੇਅੰਤ ਬਹੁਤ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਗੁਰੂ ਰੂਪ ਹੈ, ਮੈਂ ਸੁਣਿਆ ਹੈ ਜੇ ਸੰਗਤ ਖਿਮਾ ਕਰ ਦੇਵੇ ਦਰਗਾਹ ਦੇ ਵਿੱਚ ਵੀ ਖਿਮਾ ਮਿਲ ਜਾਂਦੀ ਹੈ। ਦਰਗਾਹ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਬਖਸ਼ ਦਿੰਦੇ ਹਨ। ਸੰਗਤ ਗੁਰੂ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਪਵਿੱਤਰ ਗੁਰਬਾਣੀ ਦੀ ਸੇਵਾ ਯੂਟਿਊਬ ਨੇ ਕੀਤੀ ਹੈ। ਯੂਟਿਊਬ ਵਾਲੇ ਬਹੁਤ ਸੇਵਾ ਕਰ ਰਹੇ ਹਨ ਪਵਿੱਤਰ ਗੁਰਬਾਣੀ ਦੀ, ਬਹੁਤ ਸੁੰਦਰ ਤਰੀਕੇ ਦੇ ਨਾਲ। ਜਿਹੜੇ ਮਨ ਭੁੱਲ ਗਏ ਹਨ ਦੁਨੀਆਂ ਦੇ ਵਿੱਚ ਆ ਕੇ, ਗਵਾਚ ਗਏ ਹਨ, ਕਿਉਂਕਿ ਮਨ ਇੱਥੇ ਆ ਕੇ ਗਵਾਚ ਗਿਆ ਹੈ, ਦੁਨੀਆਂ ਦੇ ਵਿੱਚ ਭੁੱਲ ਗਿਆ ਹੈ ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਮੇਰੀ ਯਾਤਰਾ ਕੀ ਹੈ, ਸਭ ਕੁਝ ਭੁੱਲ ਗਿਆ ਹੈ, ਅੱਧ ਵਿੱਚ ਡੇਰਾ ਲਾ ਲਿਆ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਜਿੱਥੇ ਬੰਦੇ ਨੇ ਮਨ ਨੇ ਡੇਰਾ ਲਾ ਲਿਆ ਹੈ, ਇਹ ਤੇ ਅੱਧਾ ਬੰਧ ਹੈ ਬਾਬਾ, ਅੱਧ ਬੰਧ ਹੈ ਸੰਸਾਰ। ਸਤਿਗੁਰੂ ਜੀ ਕਹਿੰਦੇ ਹਨ, ਅੱਧ ਬੰਧ ਹੈ ਅਲਾਣੀਆਂ ਦੇ ਵਿੱਚ ਸੰਸਾਰ ਹੋਗਾ, ਇਹ ਅੱਧਾ ਬੰਦ ਹੈ, ਇੱਥੇ ਹੀ ਡੇਰਾ ਲਾ ਲਿਆ ਹੈ, ਪਰ ਯਾਤਰਾ ਪੂਰੀ ਨਹੀਂ ਹੋਈ ਇਸ ਮਨ ਦੀ, ਮਨ ਖਿਲਰ ਗਿਆ ਹੈ, ਧਾਗੇ ਉਲਝ ਗਏ ਹਨ, ਜਿਉਂ ਉਲਝਾਇਓ ਬਾਦ ਬੁੱਧ ਕਾ, ਮਰਦਿਆਂ ਨਹੀਂ ਵਿਸਰਾਨੇ। ਲੱਗਦਾ ਨਹੀਂ ਕਿ ਅੰਤ ਤੱਕ ਇਹ ਜਿਹੜੇ ਧਾਗੇ ਉਲਝ ਗਏ ਹਨ ਇਹ ਖੁੱਲ ਜਾਣ। ਯੂਟਿਊਬ ਨੇ ਬੜੀ ਸੇਵਾ ਕੀਤੀ ਹੈ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਉਹਨਾਂ ਮਨਾਂ ਨੂੰ ਵਾਪਸ ਬੁਲਾਉਣ ਵਾਸਤੇ, ਕਿਉਂਕਿ ਗੁਰਬਾਣੀ ਆਵਾਜ਼ਾਂ ਮਾਰਦੀ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਿੰਨੇ ਵੀ ਯੂਟਿਊਬ ਤੇ ਸੇਵਾ ਕਰਦੇ ਹਨ ਸੇਵਾਦਾਰ, ਜਿਹੜਾ ਅਕਾਲ ਪੁਰਖ ਜੀ ਦੀ ਪਵਿੱਤਰ ਗੁਰਬਾਣੀ ਵਾਲਾ ਹਿੱਸਾ ਹੈ, ਨਿਰੰਕਾਰ ਜੀ ਵਾਲਾ ਹਿੱਸਾ ਹੈ, ਸਤਿ ਕਰਤਾਰ ਜੀ ਵਾਲਾ ਹਿੱਸਾ ਹੈ,
सत नाम वाहिगुरु जी की उस्तत वाला हिस्सा है क्योंकि सारिया उस्तता उस अकाल पुरख जी वास्ते हैं। बाकी उस्तत झूठिया हैं, हुक्म भी हैं हर मन नूं उस्तत मन मैं कर निरंकार। अकाल पुरख वाहिगुरु जिन्ने भी सेवादार योग ते सेवा करते हैं गुरबाणी नूं संगतां तक पहुंचा रहे हैं, वाहिगुरु जी इन्हां दी सेवा थाए पवनी चढ़दी कला बख्शिश करनी, यूट्यूब नूं सदा चढ़दियां कला विच रखना, इसे तरह गुरबाणी संगतां दे मनां तक पहुंचाउंदे रहण। गुरबाणी विचार लीड्स यूके तों इह पवित्र गुरबाणी आप जी ने सरवण कीती है, यूट्यूब ते चले जाया करो, गुरबाणी विचार लीड्स यूके लिख दिया करो, आनंद माणिया करो। सतगुरां दी पवित्र पावन गुरबाणी तो इस वेले होर कोई आसरा नहीं, गुरबाणी ही नाम है, वाहिगुरु नाम जहाज है, चढ़े सुतरे पार। वाहिगुरु जी का खालसा, वाहिगुरु जी की फतेह।